ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਪੰਧੇਰ, ਫਤਿਹਪੁਰ ਈਦਾ, ਬਿੱਲੀ ਚਾਓ, ਕੁੱਲਰ, ਨਵਰੰਗਪੁਰ ਅਤੇ ਕੋਟਲਾ ਹੀਰਾ ਦੇ ਵਿਚ 3 ਰੋਜ਼ਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਪ੍ਰੈਸ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਪਾਲ ਸਿੰਘ ਨੇ ਦੱਸਿਆ ਕਿ 3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਉਹਨਾਂ ਦੇ ਵੱਲੋਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਗਈ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਅਤੇ ਕਿਸਾਨ ਅਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਫਸਲ ਬੁਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱਕੀ ਹੈ। ਜੋ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਉਹ 1 ਮਹੀਨੇ ਤੱਕ ਨਹੀਂ ਸੁੱਕ ਸਕਦਾ। ਸਰਕਾਰ ਦੇ ਅੱਗੇ ਕਿਸਾਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਅਜੀਤ ਸਿੰਘ ਜੀ, ਕਿਹੜਾ ਪਿੰਡ? ਪੰਧੇਰਾ ਜੀ। ਅੱਛਾ, ਜਿਹੜੀ ਬਰਸਾਤ ਹੋ ਰਹੀ ਹੈ 3 ਦਿਨ ਤੋਂ, ਇਹਦੇ ਨਾਲ ਤੁਹਾਡੀ ਕੋਈ ਫਸਲ ਨੂੰ ਨੁਕਸਾਨ ਹੋਇਆ? ਬਹੁਤ ਜ਼ਿਆਦਾ ਹੋਇਆ ਜੀ। ਕਿੰਨੀ ਕੁ ਫਸਲ ਨੁਕਸਾਨੀ ਗਈ? ਘੱਟੋ ਘੱਟ 8-10 ਦਿਨ ਮੇਰੇ ਖਰਾਬ ਹੋ ਗਏ ਜੀ। ਅੱਛਾ ਜੀ, ਅਤੇ ਪਿੰਡ ਦੇ ਡਿੱਗੇ ਹੋਏ ਸੀਗੇ। ਪਿੰਡ ਦੇ ਵਿੱਚੋਂ ਹੋਰ ਕਿੰਨੀ ਕੁ ਨੁਕਸਾਨੀ ਗਈ? ਕਾਫੀ ਆ ਜੀ, ਹਜੇ ਤਾਂ ਜਾਣ ਦਾ ਨਹੀਂ ਟਾਈਮ ਲੱਗਾ, ਪਾਣੀ ਪੂਣੀ ਦੁਆਲੇ ਚੱਕਣ ਦੁਆਲੇ ਹੋਏ ਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ। ਜਿਹੜੀ ਫਸਲ ਪੱਕੀ ਉਹ ਤਾਂ ਬਿਲਕੁਲ ਖਤਮ ਹੈ। ਅੱਛਾ, ਅਤੇ ਸਰਕਾਰ ਦੇ ਕੋਲੋਂ ਕੀ ਮੰਗ ਕਰਦੇ ਹੋ? ਸਰਕਾਰ ਕੋਈ ਗਿਰਦਾਵਰੀਆਂ ਵਗੈਰਾ ਕਰਾਵੇ, ਕੋਈ ਮੁਆਵਜ਼ਾ ਜੋ ਬਣਦਾ ਕੋਈ ਦੇਵੇ, ਪਤਾ ਨਹੀਂ ਹਜੇ ਕੋਈ ਆਇਆ ਨਹੀਂ ਮਹਿਕਮੇ ਦਾ ਬੰਦਾ। ਮੇਰਾ ਨਾਮ ਪਾਲ ਸਿੰਘ ਹੈ ਭਾਈ। ਅੱਛਾ ਜੀ, ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਫਤਿਹਪੁਰ ਹੈ ਜੀ। ਅੱਛਾ ਜੀ, ਇਹ ਬਰਸਾਤ ਦੇ ਨਾਲ ਜਿਹੜੀਆਂ ਫਸਲਾਂ ਤਬਾਹ ਹੋਈਆਂ, ਤੁਹਾਡੀ ਵੀ ਫਸਲ ਵਿੱਚ ਆਉਂਦੀ ਇਹਦੇ? ਹਾਂਜੀ ਭਾਜੀ। ਕਿੰਨੀ ਕੁ ਫਸਲ ਬਰਬਾਦ ਹੋ ਗਈ, ਕਿੰਨਾ ਕੁ ਨੁਕਸਾਨ ਹੋ ਗਿਆ? ਮੇਰੇ ਭਾਜੀ ਇੱਥੇ 4 ਖੱਤੇ ਆ ਜੀ। ਅੱਛਾ ਜੀ, ਤੇ 4 ਖੱਤੇ ਦੇ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਕਿੱਦਾਂ ਮਤਲਬ ਲੱਟਿਆ ਪਿਆ, ਝੋਨਾ ਦਾ ਕਿੰਨਾ ਗਦ ਗਦ ਪਾਣੀ ਹੋਇਆ ਪਿਆ। ਇਹ ਸਾਨੂੰ ਸਮੱਸਿਆ ਆ ਰਹੀ ਜੀ ਨਹਿਰ ਦੀ ਜ਼ਿਆਦੀ ਹੈ। ਅਗਰ ਮੀਂਹ ਦਾ ਪਾਣੀ ਹੁੰਦਾ ਤਾਂ ਅਸੀਂ ਕੁਛ ਲਾ ਕੇ ਪਾਣੀ ਬਾਹਰ ਕੱਢਦੇ, ਜਾਂ ਕੁਛ ਚੱਲ ਘੱਟ ਨੁਕਸਾਨ ਕਰਦੇ, ਜਿੰਨਾ ਨੁਕਸਾਨ ਕੀਤਾ ਸਾਨੂੰ ਨਹਿਰ ਨੇ ਕੀਤਾ ਜੀ। ਇਹ ਨਹਿਰ ਕਹਿੰਦੇ ਟੁੱਟੀ ਵੀ ਹੋਈ ਹੈ? ਹਾਂਜੀ, ਟੁੱਟੀ ਹੋਈ ਹੈ ਜੀ। ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਪ੍ਰਸ਼ਾਸਨ ਨੂੰ ਤੁਸੀਂ? ਨਹੀਂ ਭਾਜੀ, ਪ੍ਰਸ਼ਾਸਨ ਨੂੰ ਨਹੀਂ ਦਿੱਤੀ ਹਜੇ ਤਾਂ ਜਾਣਕਾਰੀ ਕੋਈ, ਤਾਂ ਆਪ ਹੀ ਕੱਲ੍ਹ ਲੱਗੇ ਰਹੇ ਹਾਂ, ਲੇਕਿਨ ਬੰਦੇ ਵੀ ਬਿਮਾਰ ਹੋ ਗਏ, ਮਤਲਬ ਕਈਆਂ ਚੁੱਕ ਚੁੱਕ ਕੇ ਸਾਰੀ ਦਿਹਾੜੀ ਲੱਗੇ ਰਹੇ, ਬੋਰੇ ਸੁੱਟਦੇ ਰਹੇ ਵਿੱਚ, ਲੇਕਿਨ ਅਖੀਰੀ ਜਦੋਂ ਵਾਹ ਪੇਸ਼ ਕੋਈ ਨਹੀਂ ਗਈ, ਸ਼ਾਮੀ ਮਤਲਬ ਘਰ ਆਣ ਕੇ ਬੰਦੇ ਪੈ ਗਏ ਉਹ। ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ? ਮੰਗ ਭਾਜੀ ਅਸੀਂ ਆਪਣੀ ਤਾਂ ਇਹੀ ਆ ਕਿ ਮਤਲਬ ਇਹਦਾ ਥੋੜ੍ਹਾ ਸੁਧਾਰ ਕੀਤਾ ਜਾਵੇ, ਮਤਲਬ ਜਾਂ ਇਹਨੂੰ ਡੂੰਘੀ ਕੀਤਾ ਜਾਵੇ, ਕਮ ਸੋ ਕਮ ਇਹਦੀ ਸਫਾਈ ਕਰਾਈ ਜਾਵੇ, ਇਹਦੀ ਜਿਹੜਾ ਪਾਣੀ ਰੋਡ ਮਤਲਬ ਇੱਧਰ ਨੂੰ ਨਾ ਆਪਣੇ ਨੂੰ ਆਵੇ ਪਾਣੀ। ਇਹ ਜਦੋਂ ਭਾਜੀ ਮੋਰੋ ਡੱਕ ਹੋਣ ਲੱਗਦਾ ਵਾ, ਜਿਹੜੀ ਵਿੱਚ ਬੂਟੀ ਆ ਜਾਂ ਡੰਗਰ ਵਿੱਚ ਵਾੜਦੇ ਆ ਲੋਕੀ, ਉਦੋਂ ਮਤਲਬ ਨਹਿਰ ਭਰਦੀ ਆ, ਭਰ ਕੇ ਮਤਲਬ ਬਰਬਾਦ ਕਰਦੀ ਆ ਸਾਨੂੰ। ਤੇ ਆਹ ਜਿਹੜੀ ਰੋਡ ਆ, ਜਿਹੜਾ ਤੁਹਾਡਾ ਫਸਲ ਜਿਹੜੀ ਰੋਡ ਦੇ ਨਾਲ ਲੱਗਦੀ ਹੈ, ਰੋਡ ਵੀ ਟੁੱਟ ਚੁੱਕਿਆ ਵਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਇਹਦੇ ਬਾਰੇ ਭਾਜੀ ਕੱਲ ਬੜੀ ਅਸੀਂ ਕੋਸ਼ਿਸ਼ ਕੀਤੀ ਆ, ਲੇਕਿਨ ਟਰੈਕਟਰ ਵੀ ਲੱਗਾ ਰਿਹਾ ਸਾਰੀ ਦਿਹਾੜੀ, ਬੰਦੇ ਵੀ ਲੱਗੇ ਰਹੇ ਸਾਰੀ ਦਿਹਾੜੀ, ਲੇਕਿਨ ਅਖੀਰੀ ਇੰਨਾ ਪਾਣੀ ਦੇਖ ਲਓ ਤੁਹਾਡੇ ਸਾਹਮਣੇ, ਵਾਹ ਪੇਸ਼ ਨਹੀਂ ਜਾਣ ਦਿੱਤੀ ਇਹਨੂੰ ਕੋਈ ਵੀ, 3-4 ਪਿੰਡਾਂ ਦਾ ਇਕੱਠਾ ਹੋ ਕੇ ਪਾਣੀ ਇੱਥੇ ਆਣ ਕੇ ਰੁਕਦਾ ਵਾ, ਉਦੋਂ ਬਾਅਦ ਜਿਹੜੀ ਨਹਿਰ ਆ ਉਹ ਉਲਟਾ ਮਾਰ ਸਾਡੇ ਵੱਲੋਂ ਕਰਦੀ ਆ, ਪਿੰਡਾਂ ਦਾ ਵੀ ਮਾਰ ਹੁੰਦੀ ਆ ਤੇ ਮਤਲਬ ਨਹਿਰ ਦਾ ਵੀ ਮਾਰ ਹੁੰਦੀ ਆ, ਅਸੀਂ ਦੋਨਾਂ ਪਾਸਿਆਂ ਤੋਂ ਮਤਲਬ ਇੱਥੇ ਵਿੱਚ ਫਸੇ ਹਾਂ ਜੀ। ਕਿਹੜਾ ਪਿੰਡ ਆ? ਫਤਿਹਪੁਰ। ਅੱਛਾ ਜੀ, ਕਿੰਨੀ ਕੁ ਫਸਲ ਜਿਹੜੀ ਆ ਉਹ ਬਰਬਾਦ ਹੋਈ ਤੁਹਾਡੀ? ਮੇਰੀ ਫਸਲ 2.5 ਕਿੱਲੇ ਆ ਜੀ। ਅੱਛਾ ਜੀ, ਬਾਕੀ ਲਾਗੇ ਛਾਗੇ ਮਿਸਣ 50 ਕਿੱਲੇ ਹੋਣਗੇ। ਦੇਖਣ ਨੂੰ ਇਹ ਵੀ ਆ ਰਿਹਾ ਕਿ ਤੁਹਾਡੇ ਘਰ ਦੇ ਅੰਦਰ ਤੱਕ ਪਾਣੀ ਜਿਹੜਾ ਪਹੁੰਚਿਆ ਹੋਇਆ? ਪਾਣੀ ਜਾਂ ਪੂਰਾ ਭਰਿਆ। ਅੱਛਾ ਜੀ, ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਜਾਂ ਮੰਗ ਕਰਦੇ ਕੋਈ? ਉਹਨਾਂ ਨੂੰ ਮੰਗ ਕਰਦੇ ਜਿਹੜੀ ਨਹਿਰ ਉਹ ਘੱਟੋ ਘੱਟ ਵੀ 10 ਫੁੱਟ ਸਾਨੂੰ ਡੂੰਘੀ ਹੋਣੀ ਚਾਹੀਦੀ ਆ, ਪਿੱਛੋਂ ਪਿੰਡ ਵੀ ਸਾਨੂੰ ਡੁੱਬਦੇ ਆ ਤੇ ਇਧਰੋਂ ਨਹਿਰ ਡੁੱਬਦੀ ਆ। ਅੱਛਾ, ਨਹਿਰ ਦਾ ਵੀ ਪਾਣੀ ਆ ਰਿਹਾ ਜਾਂ ਬਰਸਾਤ ਦਾ ਪਾਣੀ ਹੈ ਸਾਰਾ? ਬਰਸਾਤ ਦਾ ਪਾਣੀ ਪਿੱਛੋਂ ਆ ਰਿਹਾ, ਨਹਿਰ ਦਾ ਪਾਣੀ ਵੀ ਤਾਂ ਨਹਿਰ ਟੁੱਟੀ ਹੈ। ਅੱਛਾ ਜੀ, ਤੇ ਨਹਿਰ ਨੂੰ ਕੋਈ ਬੰਨ ਲਾਉਣ ਲਈ ਕੋਈ ਵਗੈਰਾ ਆਇਆ? ਕੋਈ ਬੰਦਾ ਨਹੀਂ ਸਾਡੇ ਤੋਂ ਪਹੁੰਚਿਆ ਜੀ ਅਜੇ ਤੱਕ। ਅੱਛਾ, ਤੇ ਕੋਈ ਹੈਲਪ ਲਈ ਕਿਸੇ ਨੂੰ ਕੋਈ ਫੋਨ ਕੀਤਾ ਤੁਸੀਂ? ਅਜੇ ਫੋਨ ਕਿਸੇ ਨੂੰ ਨਹੀਂ ਕੀਤਾ। ਸ਼ਾਹਕੋਟ ਤੋਂ ਲਖਬੀਰ ਸਾਬੀ ਦੀ ਰਿਪੋਰਟ।